ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਤੇ ਆਦਾਬ ਜੀ ਸਾਰੇ ਭੈਣ ਭਰਾ ਨੂੰ ਇੱਕ ਵਾਰੀ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਨਿਊ ਚੈਨਲ ਪੰਜਾਬੀ ਪੁਰਤਕਾਰ ਵਾਲੇ 'ਚ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਜੀ ਸੋ ਅੱਜ ਦੇ ਵੀਡੀਓ ਜੀ ਪੁਰਤਗਾਲ ਦੀ ਕੁਝ ਮੇਨ ਮੇਨ ਖਬਰਾਂ ਤੇ ਯੂਰਪ ਦੀਆਂ ਕੁਝ ਮੇਨ ਮੇਨ ਟੌਪਿਕ ਤੇ ਖਬਰਾਂ ਜੀ ਤੋਂ ਆਜੋ ਵੀਡੀਓ ਸ਼ੁਰੂ ਕਰਦੇ ਹਾਂ ਜਿਨ ਬਿਨਾ ਟਾਈਮ ਖਰਾਬ ਕੀਤੇ ਜੀ ਨੰਬਰ 1 ਤੇ ਜੀ ਭਾਰਤ ਤੇ ਬੰਗਲਾਦੇਸ਼ ਦੇ ਇਮੀਗਰੈਂਟ ਨੇ ਵਿਦੇਸ਼ੀ ਲਾਦੇ ਬਾਜ਼ਾਰ ਨੂੰ ਚੁਣੌਤੀ ਦਿੱਤੀ ਹੈ ਬੀਤੀ 12 ਜਨ 2024 ਦੇ ਨਾਲ ਕਾਰਜਕਾਰੀ ਡਾਈਜੈਸਟ ਦੁਆਰਾ ਟੂਰਿਸਟ ਵੀਜ਼ੇ ਦੀ ਵਰਤੋਂ ਕਰਕੇ ਪੁਰਤਗਾਲ 'ਚ ਇਮੀਗਰੈਂਟ ਨੇ ਆਪਣੇ ਆਪ ਨੂੰ ਰੈਗੂਲਰ ਮਤਲਬ ਪੱਕੇ ਹੋਣ ਦੀ ਸੁਭਾਵਨਾ ਦਾ ਐਂਡ ਪੁਰਤਗਾਲ 'ਚ ਇੰਡੀਅਨ ਜੋਏ ਕਿ ਚਾਣਕ ਫੈਸਲੇ ਦੀ ਸ਼ਿਕਾਇਤ ਕਰਦੇ ਹਨ ਕਾਜ਼ਾ ਦੇ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਕੁਮਾਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਉਨਾ ਲੋਕਾਂ ਨੂੰ ਵੀ ਸਮਾਨ ਹੀ ਦਿੱਤਾ ਜੋ ਪਹਿਲਾਂ ਇੱਥੇ ਆਪਣੇ ਡਾਕੂਮੈਂਟ ਨੂੰ ਡੀਲ ਕਰਨ ਲਈ ਮੌਜੂਦ ਹਨ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਐਂਡ ਇੱਕ ਲੀਗਲ ਸੋਲੂਸ਼ਨ ਜਿਸ ਨੇ ਪੁਰਤਗਾਲ ਚ ਇੱਕ ਵਿਦੇਸ਼ੀ ਨੁਮੁਦਾਰੀਆਂ ਨੂੰ ਦੱਸਣ ਦੀ ਇਜਾਜ਼ਤ ਦਿੱਤੀ ਹੈ ਕਿ ਉਸ ਕੋਲ ਨੌਕਰੀ ਦੀ ਓਪਰਚੁਨਿਟੀ ਹੈ ਤੇ ਉਹ ਆਪਣੇ ਆਪ ਨੂੰ ਇੱਕ ਇਮੀਗ੍ਰੇਸ਼ਨ ਵਜੋਂ ਰੈਗੂਲਰ ਕਰਨਾ ਚਾਹੁੰਦਾ ਹੈ ਇਸ ਲਾ ਦੇ ਅਨਾਉਂਸਮੈਂਟ 3 ਜੂਨ ਨੂੰ ਕੀਤੀ ਗਈ ਸੀ ਤੇ ਅਗਲੇ ਦਿਨ ਹੀ ਇਹ ਲਾਉ ਜਿਹੜਾ ਲਾਗੂ ਹੋ ਗਿਆ ਸੀ ਪੁਰਤਗਾਲ ਚ ਉਦੋਂ ਤੋਂ ਹੀ ਐਕਸਪ੍ਰੈਸ਼ਨ ਆਫ ਇੰਟਰਸਟ ਲਈ ਕਿਸੇ ਵੀ ਨਵੀਂ ਰਿਕਵੈਸਟ ਨੂੰ ਇਨਕਾਰ ਕੀਤਾ ਜਾ ਰਿਹਾ ਭਾਵੇਂ ਐਪਲੀਕੈਂਟ ਪਹਿਲਾਂ ਤੋ ਇਹ ਪੁਰਤਗਾਲ ਵਿੱਚ ਰਹਿ ਰਿਹਾ ਹੋਵੇ ਹੁਣ ਸਰਕਾਰ ਚਾਹੁੰਦੀ ਹੈ ਕਿ ਇਮੀਗ੍ਰੈਂਟ ਪੁਰਤਗਾਲ ਵਿੱਚ ਪਹੁੰਚ ਤੋਂ ਪਹਿਲਾਂ ਪੁਰਤਗਾਲੀ ਕੌਂਸਲਟ ਜਾਂ ਐਮਬੈਸੀ ਵਿੱਚ ਪ੍ਰੋਸੈਸ ਸ਼ੁਰੂ ਕਰਨ ਇੱਕ ਅਜੀਹਾ ਨਿਯਮ ਜੋ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਚਿੰਤਾ ਕਰਦਾ ਹੈ ਜਿਨ੍ਹਾਂ ਦੇ ਦੇਸ਼ ਵਿੱਚ ਕੋਈ ਪੁਰਤਗਾਲੀ ਡਿਪਲੋਮੈਟਿਕ ਰਿਪਰੈਜ਼ੈਂਟੇਸ਼ਨ ਨਹੀਂ ਹੈ ਪੋਰਟੋ ਵਿੱਚ ਬੰਗਲਾਦੇਸ਼ੀ ਕਮਿਊਨਿਟੀ ਦੇ ਲੀਡਰ ਆਲਮ ਗਜ਼ੋਈ ਨੇ ਕਿਹਾ ਕਿ ਅਸੀਂ 10 ਸਾਲਾਂ ਤੋਂ ਐਮਬੈਸੀ ਜਾਂ ਕੌਂਸਲੈਂਟ ਦੀ ਮੰਗ ਕਰ ਰਹੇ ਹਾਂ ਪਰ ਸਾਨੂੰ ਕਦੇ ਵੀ ਕੋਈ ਐਮਬੈਸੀ ਦੇ ਰਿਲੇਟਡ ਸਰਵਿਸ ਨਹੀਂ ਮਿਲੀ ਕਿਉਂਕਿ ਪੁਰਤਗਾਲ ਵਿੱਚ ਬੰਗਲਾਦੇਸ਼ ਤੋਂ ਲਗਭਗ 70 ਯਾਰ ਇਮੀਗ੍ਰੈਂਟ ਹਨ ਜੋ ਕਾਫੀ ਲੰਬੇ ਸਮੇਂ ਤੋਂ ਆਪਣਾ ਬਿਜ਼ਨਸ ਕਰਕੇ ਕੰਮ ਕਰ ਰਹੇ ਹਨ ਪੁਰਤਗਾਲ 'ਚ ਬਾਕੀ ਇਮੀਗ੍ਰੈਂਟ ਤੋਂ ਬਿਨਾ ਪੁਰਤਗਾਲ ਕੰਮ ਨਹੀਂ ਕਰਦਾ ਹੁਣ ਕਾਗਜ਼ੀ ਕਾਰਵਾਈ ਕਰਨ ਲਈ ਵਿਦੇਸ਼ੀ ਕਾਨੂੰਨ ਵਿੱਚ ਬਦਲਾਅ ਦੇ ਪਾਲਣਾ ਕਰਨ ਲਈ ਬੰਗਲਾਦੇਸ਼ੀ ਨਾਗਰਿਕਾਂ ਨੂੰ ਨਵੀਂ ਦਿੱਲੀ ਤਾਕਾ ਦੇ ਸਭ ਤੋਂ ਨਜ਼ਦੀਕ ਐਮਬੈਸੀ ਤੱਕ 1800 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇਗਾ ਮਤਲਬ ਬੰਗਲਾਦੇਸ਼ੀ ਲੋਕਾਂ ਨੂੰ ਐਮਬੈਸੀ ਦੇ ਕੰਮ ਲਈ ਦਿੱਲੀ ਜਾਣਾ ਪਵੇਗਾ ਇਸ ਤੋਂ ਇਲਾਵਾ ਕਾਜ਼ਾ ਦੇ ਇੰਡੀਆ ਦੇ ਡਾਇਰੈਕਟਰ ਕ੍ਰਿਟੀਸਾਈਜ਼ ਨਾਲ ਐਗਰੀ ਹਨ ਐਕਸਪ੍ਰੈਸ਼ਨ ਆਫ ਇੰਟਰਸਟ ਨੂੰ ਇੱਕ ਵਾਰ ਤੇ ਇਸ ਸਭ ਲਈ ਖਤਮ ਕਰਨਾ ਇੱਕ ਚੰਗਾ ਵਿਚਾਰ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਇੱਥੇ ਹਨ ਜਿਨ੍ਹਾਂ ਅਜੇ ਤੱਕ ਡਾਕੂਮੈਂਟ ਦੀ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਸਰਕਾਰ ਨੇ 골ਡਨ ਵੀਜ਼ਾ ਤਹਿਤ ਕਈ ਨਵੇਂ ਫੈਸਲੇ ਲਏ ਹਨ। ਇਸ ਸਥਿਤੀ ਵਿੱਚ ਇੱਕ ਟਾਈਮ ਲਿਮਿਟ ਦਿੱਤੀ ਗਈ ਸੀ ਜਿਸ ਤੋਂ ਬਾਅਦ 골ਡਨ ਵੀਜ਼ਾ ਸਵੀਕਾਰ ਨਹੀਂ ਕੀਤਾ ਜਾਵੇਗਾ। ਬਾਕੀ ਇੰਡੀਅਨ ਇਮੀਗ੍ਰੈਂਟ ਦਾ ਮਾਮਲਾ ਵਿਸ਼ੇਸ਼ ਤੌਰ ਤੇ ਸੈਂਸਿਟਿਵ ਹੈ ਕਿਉਂਕਿ ਬਹੁਤ ਸਾਰੇ ਇਮੀਗ੍ਰੈਂਟ ਨਾਜ਼ੁਕ ਸਥਿਤੀਆਂ ਵਿੱਚ ਹਨ ਕਿਉਂਕਿ ਉਹ 에ਜੰਟ ਦੁਆਰਾ ਆਏ ਹਨ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਸਭ ਕੁਝ ਤਿਆਰ ਹੈ ਤੇ ਲੋਕ ਪਹਿਲਾਂ ਹੀ ਉਹਨਾਂ ਕੋਲ ਸਾਰੇ ਮੌਜੂਦਾ ਪੈਸੇ ਪੇ ਕਰ ਤੇ ਇਹ ਉਹ ਲੋਕ ਹਨ ਜਿਨ੍ਹਾਂ ਪਹਿਲਾ ਐਕਸਪਲੋਰੇਸ਼ਨ ਅਤੇ ਵੀ ਖੰਨ ਤੇ ਇੱਕ ਦਿਨ ਤੋਂ ਅਗਲੇ ਦਿਨ ਤੱਕ ਸਲੂਸ਼ਨ ਤੋਂ ਬਿਨਾ ਰਹਿ ਜਾਣੇ ਪੁਰਤਗਾਲ ਵਿੱਚ ਭਾਰਤੀ ਕਮਿਊਨਿਟੀ ਦੇ ਲੀਡਰ ਨੇ ਕਿਹਾ ਪੁਰਤਗਾਲ ਪਹੁੰਚਣ ਵਾਲੇ ਐਕਸਪ੍ਰੈਸ਼ਨ ਆਫ ਇੰਟਰਸਟ ਨਹੀਂ ਪੱਕੇ ਹੋਣਾ ਹਾਲਸੀ ਪਰ ਇਹ ਇਮੀਗ੍ਰੈਂਟ ਦੇ ਐਕਸਪਲੋਰੇਸ਼ਨ ਦਾ ਇੱਕ ਸਾਧਨ ਵੀ ਬਣ ਗਿਆ ਕਿਉਂਕਿ ਲੋਕ ਪੁਰਤਗਾਲ ਦੀ ਰਿਐਲਿਟੀ ਦੀ ਕਿਸੇ ਵੀ ਪੂਰੀ ਜਾਣਕਾਰੀ ਤੋਂ ਬਿਨਾ ਆਏ ਹਨ ਤੇ ਏਜੰਟ ਦੇ ਹੱਥ ਵਿੱਚ ਆ ਗਏ ਹਨ ਕਿ ਸਰਕਾਰ ਨੂੰ ਇਹ ਫੈਸਲਾ ਧਿਆਨ ਨਾਲ ਸੋਚ ਕੇ ਲੈਣਾ ਚਾਹੀਦਾ ਸੀ ਤੇ ਉਹਨਾਂ ਐਸੋਸੀਏਸ਼ਨ ਨਾਲ ਗੱਲ ਕਰਨੀ ਚਾਹੀਦੀ ਜੋ ਸਾਡੇ ਵਰੀ ਇਮੀਗ੍ਰੈਂਟਾਂ ਨਾਲ ਕੰਮ ਕਰਦੇ ਹਨ ਬਾਕੀ ਸਰਕਾਰ ਨੇ ਕਾਜ਼ਾ ਦੇ ਇੰਡੀਆ ਨਾਲ ਕਦੇ ਵੀ ਇਹ ਕਾਨੂੰਨੀ ਚੇਂजेस ਬਾਰੇ ਕੰਟੈਕਟ ਨਹੀਂ ਕੀਤਾ ਗਿਆ ਸ਼ਿਵ ਕੁਮਾਰ ਸਿੰਘ ਨੇ ਕਿਹਾ ਕਿ ਜਿਸ ਵਿੱਚ ਕਮਿਊਨਿਟੀ ਆਫ ਪੁਰਤਗਾਲੀ ਬੋਲਣ ਵਾਲ ਦੇ ਸੀਪੀਐਲਪੀ ਦੇ ਲੋਕ ਇੰਟਰ ਹੋਣ ਦੇ ਯੋਗ ਹਨ ਇਮੀਗ੍ਰੈਂਟਲੀ ਰਾਈਟ ਦੀ ਕੋਈ ਸਮਾਨਤਾ ਨਹੀਂ ਹੈ ਅਤੇ ਨਾਗਰਿਕਾਂ ਦੀ ਕੈਟਾਗਰੀ ਬਣਾਈਆਂ ਗਈਆਂ ਹਨ ਉਹ ਸੀਪੀਐਲਪੀ ਅਤੇ ਬਾਕੀ ਦੇ ਪ੍ਰੋਸੈਸ ਲਈ ਪੇ ਕੀਤੀ ਗਈ ਫੀਸਾਂ ਵਿੱਚ ਵਿਵੇਗਨ ਅੰਦਰ ਸੌਂਦੀਆਂ ਹਨ ਰੇਟਸ ਦੇ ਨਾਲ 30 ਅਤੇ 400 ਯੂਰੋ ਐਪਲੀਕੇਟ ਦੀ ਨੈਸ਼ਨਲਿਟੀ ਤੇ ਡਿਪੈਂਡ ਕਰਦਾ ਹੈ ਫਿਊਚਰਲੀ ਸਰਕਾਰ ਨੂੰ ਵਰਕ ਵੀਜ਼ਾ ਤੇ ਐਪਲੀਕੇਸ਼ਨ ਦਾ ਸਪੋਰਟ ਕਰ ਲਈ ਕਾਂਸ ਨਟਾ ਵਿੱਚ ਇਨਵੈਸਟਮੈਂਟ ਕਰਨ ਦਾ ਜਿਹੜਾ ਵਾਅਦਾ ਕੀਤਾ ਹੈ ਪਹਿਲਾਂ ਹੀ ਜਿਹੜਾ ਕਪੂਰਤਗਲ ਐਮਬੈਸੀ ਤੇ ਕੌਂਸੂਲੇਟੇਟਾ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਨਵੀਂ ਦਿੱਲੀ ਸਿਲੈਕਟ ਕੀਤੀ ਕਿਸ ਥਾਣਾ ਵਿੱਚ ਉਹ ਇੱਕ ਹੋਵੇਗੀ ਜੀ ਅਗਲੀ ਖਬਰ ਵੱਧਦੇ ਨਵੀਂ ਜਨਰੇਸ਼ਨ ਦੇ ਸਿਟੀਜ਼ਨ ਕਾਰਡ ਵੱਡੀ ਫੋਟੋ ਵਾਲਾ ਜਿਸ ਨੂੰ ਕਾਰਡ ਰੀਡਰ ਦੀ ਵਰਤੋਂ ਲੋੜ ਨਹੀਂ ਹੋਵੇਗੀ ਤੇ ਇਹ ਹੁਣ ਪਿਛਲੇ ਕੁਝ ਦਿਨਾਂ ਤੋਂ ਉਪਲਬਧ ਹੋ ਗਿਆ ਹੈ ਜਸਟਿਸ ਮੰਟਰੀ ਦੇ ਇੱਕ ਸੋਰਸ ਨੇ ਦੱਸਿਆ ਕਿ ਆਈਡੈਂਟੀਟੀ ਡਾਕੂਮੈਂਟ ਦੇ ਨਵੇਂ ਵਰਜ਼ਨ ਦਾ ਪ੍ਰੋਡਕਸ਼ਨ ਪਹਿਲਾਂ ਤੋਂ ਹੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪਹਿਲਾ ਕਾਰਡ ਜਿਹੜਾ ਪਿਛਲੇ ਕੁਝ ਦਿਨਾਂ ਵਿੱਚ ਡਿਲੀਵਰੀ ਕੀਤਾ ਗਿਆ ਹੈ ਜ ਬਾਹਰ ਜਾਣ ਵਾਲੀ ਸਰਕਾਰ ਦੁਆਰਾ ਮਾਰਚ ਵਿੱਚ ਸੇਫ ਐਂਡ ਮੋਰ ਡਿਜੀਟਲ ਵਜੋਂ ਨੋਮਸਟ ਕੀਤਾ ਗਿਆ ਸੀ ਜੀ ਤੇ ਇਹ ਇੱਕ ਹਾਈਲੀ ਇਨੋਟਿਵ ਕਾਰਡ ਹੈ ਜਿਸ ਵਿੱਚ ਇਨਫੋਰਮੇਸ਼ਨ ਦੇ ਪੜਨ ਨੂੰ ਸਿੰਪਲ ਬਣਾਉਣ ਅਤੇ ਵਰਤੋਂ ਦੇ ਨਵੇਂ ਤਰੀਕੇ ਖੋਲਣ ਲਈ ਕੰਟੈਕਟਲੈਸ ਟੈਕਨੋਲੋਜੀ ਹੈ। ਕਿ ਲੇਟੈਸਟ ਯੂਰਪੀਅਨ ਲੀਗਿਲੇਸ਼ਨ ਐਂਡ ਸਿਕਿਉਰਿਟੀ ਸਟੈਂਡਰਡ ਦੇ ਅਨਸਾਰ ਨਵੇਂ ਕਾਰਡ ਵਿੱਚ ਫਿਜ਼ੀਕਲ ਅਤੇ ਇਲੈਕਟ੍ਰੋਨਿਕ ਸਿਕਿਉਰਿਟੀ ਲਈ ਕੰਟੈਕਟਲੈਸ ਟੈਕਨੋਲੋਜੀ ਦੇ ਨਾਲ ਇੱਕ ਦੂਜੀ ਚਿਪ ਹੈ ਜਿਸ ਨਾਲ ਇਸ ਨੂੰ ਪਬਲਿਕ ਸਰਵਿਸ ਤੇ ਪ੍ਰਾਈਵੇਟ ਸੈਕਟਰ ਦੋਵਾਂ ਵਿੱਚ ਵਿਦਆਊਟ ਦੀ ਨੀਡ ਲਈ ਵਰਤੇ ਜਾ ਸਕਦਾ ਹੈ। ਇੱਕ ਕਾਰ ਰੀਡਰ ਦੀ ਮਿਨਿਸਟਰੀ ਆਪਣੀ ਵੈਬਸਾਈਟ ਤੇ ਦੱਸਦਾ ਹੈ ਕਿ ਨਵੇਂ ਕਾਰਡ ਹੋਲਡਰ ਦੀ ਫੋਟੋ ਹੁਣ ਵੱਡੀ ਕਾਰਡ ਹੋਲਡਰ ਦੀ ਬਿਹਤਰ ਆਇਡੈਂਟੀਫਾਈ ਕੀਤੀ ਜਾ ਸਕੇ ਤੇ ਚਿਪ ਹੁਣ ਕਾਰਡ ਦੇ ਪਿਛਲੇ ਸਾਈਡ ਹੋ ਗਈ ਹੈ ਜੀ ਬਾਕੀ ਜੀ ਨਵੇਂ ਆਈਡੀ ਕਾਰਡ ਦਾ Aim ਬਾਰਡਰ ਕੰਟਰੋਲ ਤੇ ਸਕਿਉਰਿਟੀ ਪ੍ਰੋਸੈਸ ਵਿੱਚ ਸਿਕਯੋਰ ਵਿੱਚ ਇੰਪਰੂਵ ਕਰਨਾ ਤੇ ਸਕਿਉਰਿਟੀ ਅਤੇ ਕਾਉਂਟਰਫੀਟ ਪ੍ਰੂਫ ਟਰੈਵਲ ਡਾਕੂਮੈਂਟ ਦੀ ਗਾਰੰਟੀ ਵੀ ਹੈ ਅਗਲੀ ਖਬਰ ਵੱਲ ਵਧਦੇ ਹਾਂ ਜੇ ਪੁਰਤਗਲ ਦੀ ਸਰਕਾਰ ਨੇ ਇਮੀਗ੍ਰੇਸ਼ਨ ਤੇ ਅਜ਼ਾਈਲਮ ਨਾਲ ਸੰਬੰਧਿਤ ਮੁੱਦੇ ਲਈ ਇੱਕ ਵਿਸ਼ੇਸ਼ ਅਦਾਲਤ ਬਣਾਉਣ ਨੂੰ ਜੁਡੀਸ਼ੀਅਰਲੀ ਇੱਕ ਹਾਈ ਕਾਉਂਸਲ ਸੀਐਸਐਮ ਦੇ ਪ੍ਰਪੋਜ਼ਲ ਨੂੰ ਸਵੀਕਾਰ ਕਰ ਲਿਆ ਇਹ ਖਬਰ ਬੀਤੇ ਦਿਨਾਂ ਵਿੱਚ ਅਖਬਾਰ ਵੀ ਦਿੱਤੀ ਗਈ ਸੀ ਜੋ ਰਿਪੋਰਟ ਕਰਦੀ ਹੈ ਕਿ ਅਦਾਲਤ ਕੋਲ ਇਮੀਗ੍ਰੇਸ਼ਨ ਤੇ ਜ਼ਾਇਲਮ ਨਾਲ ਸੰਬੰਧਿਤ ਹਰ ਚੀਜ਼ ਵਿੱਚ ਵਿਸ਼ੇਸ਼ ਅਧਿਕਾਰ ਖੇਤਰ ਹੋਵੇਗਾ ਇਮੀਗ੍ਰੈਂਟ ਦੀ ਨਜ਼ਰਬੰਦੀ ਡਿਟੈਂਸ਼ਨ ਤੋਂ ਲੈ ਕੇ unaccompanied minor ਨੂੰ ਸ਼ਾਮਲ ਕਰਨ ਵਾਲੇ ਕੇਸਾਂ ਤੱਕ ਤੇ ਐਡਮਿਨਿਸਟਰਡ ਜ਼ਾਇਲਮ ਤੇ ਰਾਈਡੈਂਸ ਪਰਮਿਟ ਪ੍ਰੋਸੈਸ ਨਾਲ ਕੰਮ ਕਰੇਗੀ ਇਹ ਅਦਾਲਤ ਲਿਸਬਨ ਵਿੱਚ ਸਟੈਬਲਿਸ਼ ਕੀਤੀ ਜਾਵੇਗੀ ਤੇ ਸੰਭਵ ਤੌਰ ਤੇ ਬਾਅਦ ਵਿੱਚ ਕਿਸੇ ਹੋਰ ਸ਼ਹਿਰ ਵਿੱਚ ਇਸ ਦਾ ਪ੍ਰੋਪੋਜ਼ਲ ਨਾਮ ਇਮੀਗ੍ਰੇਸ਼ਨ ਤੇ ਅਜ਼ਾਇਲਮ ਕੋਰਟ ਹੈ ਹਾਲਕਿ ਇਸ ਦਾ ਵਿਸ਼ੇਸ਼ ਨਾਮ ਅਜੇ ਬਾਰੇ ਅਜੇ ਤੱਕ ਕੋਈ ਵੀ ਆਖਰੀ ਫੈਸਲਾ ਨਹੀਂ ਕੀਤਾ ਗਿਆ ਇਸ ਦੇ ਨਾਮ ਬਾਰੇ ਜੀ ਕੋਰਟ ਦੇ ਬਾਕੀ ਸੀਐਸਐਮ ਦੇ ਵਾਈਸ ਪ੍ਰੈਜ਼ੀਡੈਂਟ ਲੂਇਸ ਮੁੰਡੇਸ ਨੇ ਏਜੰਸੀ ਨੂੰ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਨਵੀਂ ਅਦਾਲਤ ਕੁਝ ਮਹੀਨੇ ਦੇ ਅੰਦਰ ਤਿਆਰ ਹੋ ਸਕਦੀ ਹੈ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਸਕਦੀ ਹੈ ਇਹ ਆਈਡੀਆ ਸੋਮਵਾਰ ਨੂੰ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਮਾਈਗ੍ਰੇਸ਼ਨ ਲਈ ਸਰਕਾਰ ਦੇ ਨਵੇਂ ਐਕਸ਼ਨ ਪਲਾਨ ਦਾ ਹਿੱਸਾ ਹੈ ਤੇ ਇਸ ਨੂੰ ਸੀਐਸਐਮ ਦੇ ਵਾਈਸ ਪ੍ਰੈਜ਼ੀਡੈਂਟ ਦਾ ਪੂਰਾ ਸਪੋਰਟ ਹੋਵੇਗਾ ਜੋ ਇਹ ਉਜਾਗਰ ਕਰਦਾ ਹੈ ਕਿ ਕਿਵੇਂ ਐਡਮਿਨਿਸਟਰੇਸ਼ਨ ਕੋਰਟ ਇਸ ਵੇਲੇ ਇੰਟੀਗ੍ਰੇਸ਼ਨ ਮਾਈਗ੍ਰੇਸ਼ਨ ਐਂਡ ਅਜ਼ਾਈਲਮ ਏਜੰਸੀ ਮਤਲਬ ਏਐਮਏ ਦ્વા ਲੋਕਾਂ ਦੀ ਰਿਕਵੈਸਟਾਂ ਨਾਲ ਓਵਰਲੋਡ ਹੈ ਕਿਉਂਕਿ ਪ੍ਰਤੀ ਦਿਨ ਲਗਭਗ 100 ਰਿਕਵੈਸਟਾਂ ਆ ਰਹੀਆਂ ਤੇ ਇਸ ਲਈ ਇਸ ਕੋਰਟ ਨੂੰ ਸਟੈਬਲਿਸ਼ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਦਾ ਕੰਮ ਆਸਾਨ ਤੇ ਤਰੀਕੇ ਨਾਲ ਜਲਦੀ ਹੋ ਸਕੇ ਜੀ ਸੋ ਇਹ ਸਾਜੀ ਪੁਰਤਗਾਲ ਦੀਆਂ ਕੁਝ ਮੇਨ ਮੇਨ ਖਬਰਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅਗਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਨੋਟੀਫਿਕੇਸ਼ਨ ਦਾ ਬਟਨ ਜਰੂਰ ਪ੍ਰੈਸ ਕਰਿਓ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਟੌਪਿਕ ਨਾਲ ਰੱਬ ਰੱਖਾ ਜੀ